मुख्यमंत्री भगवंत मान दे हल्के संगरूर दे इस विधानसभा एरिया दे विच खास तौर दे उते सीएम दी रिहायश दे बाहर भारतीय किसान यूनियन एकता उग्राहां दा पक्के तौर दे उते मोर्चा चल रहा ते मोर्चे दे विच दिन वेले स्टेज चलदी है ता रात वेरे जिस तरीके दे नाल घरां दे विच खाना तैयार हुंदा है सौण दीआं तैयारियां हुंदीआं ने तमाम इंतजाम सवेर दे लई प्रबंध हुंदे ने रात नूं किस तरीके दे नाल रात बिताउणी है कोई मंजे दे उत्ते हुंदा है सो तमाम तरह दे दृश्य इस वक्त संगरूर दे इस पक्के मोर्चे दे विच दिखाई दे रहे ने ते इस वक्त मैं विधानसभा हलका ते जिला मानसा दे जिहड़े किसानां दा एरिया हैगा जां किसानां दा जिहड़ा मोर्चा हैगा उत्थे खड़े हां क्योंकि अलग अलग पिंडां तों पंजाब दे अलग अलग जिलिआं तों किसान इत्थे पक्के मोर्चे दे विच आए आ ते इस वक्त कुछ किसान जिथे लंगर पाणी छक के आराम फरमा रहे ने तां कुछ लंगर छक रहे ने इह मानसा जिले दा लंगर चल रिहा है इत्थे अपने हत्थी लंगर तैयार हुंदा है ते आपस दे विच वरताया जांदा है सो दिन वेले जिस तरीके दे नाल प्रोटेस्ट दे मद्देनजर स्टेज दे उत्तों संबोधन हुंदा है किसान उस संबोधन नूं सुणदे ने हेठां बैठ के ते स्टेज दे वल ध्यान रहिंदा है ते नाल दी नाल जिहड़ा मोर्चा है उह चलाया जांदा है पर उसदे नाल नाल जिहड़ियां रोजाना दीआं चीज़ां हुंदीआं ने जां रोजाना जिवें वी कोई जिंदगी बतीत करदा है उह इत्थे मानसा जिले दा हुण इत्थे लंगर चल रिहा है। अच्छा बाई जी, मानसा जिले दा लंगर तां चल ही रिहा है, नाल नाल सिर जोड़ के प्लैनिंगां की कर रहे हो क्योंकि तुसीं कह रहे हो वी मोर्चा जे बहुत लंबा चलना है? ਇਹ ਮੋਰਚਾ ਇਸ ਤਰ੍ਹਾਂ ਚੱਲਣਾ ਹੈ ਜੀ, 7 ਤਰੀਕ ਨੂੰ ਜਿਹੜੀ ਸੂਬੇ ਦੀ ਮੀਟਿੰਗ ਸੱਦੀ ਗਈ ਸੀਗੀ ਉਹਦੇ ਵਿੱਚ ਜਥੇਬੰਦੀ ਦੇ ਆਗੂਆਂ ਨੇ ਜਿਹੜੇ ਏਜੰਡੇ ਤੇ ਜਿਹੜੀਆਂ ਮੰਗਾਂ ਰੱਖੀਆਂ ਸੀਗੀਆਂ ਭਗਵੰਤ ਮਾਨ ਨੇ ਉਹਦੇ 'ਚ ਸਵਾਏ ਲਾ ਰਿਆਂ ਤੋਂ ਉਹਦੇ 'ਚ ਕੁਛ ਨਹੀਂ ਦਿੱਤਾ, ਲਿਖਤੀ ਸਾਨੂੰ ਕੋਈ ਮਤਲਬ ਇਹ ਮੰਗ ਨਹੀਂ ਦਿੱਤੀ ਗਈ। ਉਹਦੇ 'ਚ ਮੰਗਾਂ ਜਿਵੇਂ ਸਾਡੀਆਂ ਪਿਛਲੇ ਸਾਲ ਦਾ ਜਿਹੜਾ ਗੁਲਾਬੀ ਸੁੰਡੀ ਨਾਲ ਜਿਹੜਾ ਨੁਕਸਾਨ ਹੋਇਆ ਸੀ ਮੁਕਤਸਰ ਜ਼ਿਲ੍ਹੇ ਵਗੈਰਾ 'ਚ, ਜਿਹੜਾ ਵੱਡੀ ਪੱਧਰ 'ਤੇ ਹੈ ਜਿਹੜਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਹੈਗਾ ਉਹਦੇ ਸੰਬੰਧ ਦੇ ਵਿੱਚ ਅਤੇ ਮਜ਼ਦੂਰਾਂ ਨੂੰ ਜੋ 10% 1700 ਰੁਪਇਆ ਪ੍ਰਤੀ ਏਕੜ ਮਿਲਣਾ ਸੀ ਉਹਦੇ 'ਚ ਇੱਕ ਵੀ ਢਿੱਲ ਹੈ ਜਿਹੜਾ ਮਜ਼ਦੂਰਾਂ ਨੂੰ ਹਜੇ ਥਾਈ ਨਹੀਂ ਦਿੱਤਾ ਗਿਆ। ਇਸ ਸੀਜ਼ਨ ਦੇ ਵਿੱਚ ਜਿਹੜਾ ਸਟਾਰਟਿੰਗ ਦੇ ਵਿੱਚ ਨਰਮੇ ਨੂੰ ਚਿੱਟਾ ਮੱਛਰ ਖਾ ਗਿਆ ਸੀਗਾ ਅਤੇ ਵੱਡੀ ਪੱਧਰ 'ਤੇ ਕਿਸਾਨਾਂ ਨੇ ਜਿਹੜਾ ਨਰਮਾ ਹੈ ਜਿਹੜਾ ਵਾਹਤਾ ਸੀਗਾ ਉਹਦੀ ਵੀ ਬਿਨਾਂ ਗਰਦਾਵਰੀ ਕੀਤੇ ਹਜੇ ਥਾਈਂ ਕਿਸੇ ਨੂੰ ਕੋਈ ਆਨਾ ਨਹੀਂ ਦਿੱਤਾ, ਤਾਂ ਜੇ ਉਹ ਪਿਛਲੇ ਸਾਲ ਹਾੜੀ ਦੀ ਫਸਲ ਕਣਕ 'ਤੇ ਗੜੇਮਾਰੀ ਹੋਈ ਸੀਗੀ ਉਹਦਾ ਕੋਈ ਨੁਕਸਾਨ ਨਹੀਂ ਦਿੱਤਾ। ਇਸ ਸਾਲ ਵੀ ਜਿਹੜਾ 23 ਸਤੰਬਰ ਨੂੰ ਵੱਡੀ ਪੱਧਰ 'ਤੇ ਮੀਂਹ ਪਿਆਏਗਾ ਸਾਰੇ ਦੇਸ਼ ਦੇ ਵਿੱਚ, ਜਿਹਦੇ ਵਿੱਚ ਪੰਜਾਬ ਦੇ ਵਿੱਚ ਵੀ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਝੋਨਾ, ਨਰਮਾ, ਹਰਾ ਚਾਰਾ ਅਤੇ ਜਿਹੜੀ ਹੈ ਸਬਜ਼ੀਆਂ ਦਾ ਬਹੁਤ ਵੱਡੀ ਪੱਧਰ 'ਤੇ ਨੁਕਸਾਨ ਹੋਇਆ, ਉਹਦੀਆਂ ਵੀ ਹਜੇ ਤੱਕ ਗਰਦਾਵਰੀਆਂ ਕਰਾ ਕੇ ਜਿਹੜਾ ਕਿਸਾਨਾਂ ਨੂੰ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ। ਉਹ ਇੱਕ ਜਿਹੜਾ ਲਿੰਪੀ ਸਕਿਨ ਨਾਲ ਜਿਹੜਾ ਪਸ਼ੂਆਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਉਹਦਾ ਹਜੇ ਉਹਨਾਂ ਨੇ ਕੋਈ ਗਿਣਤੀ ਮਿਣਤੀ ਕਰਕੇ ਉਹਦਾ ਕੋਈ ਮਾਪਦੰਡ ਹਜੇ ਤਾਈਂ ਨਹੀਂ ਬਣਾਇਆ ਕਿ ਕਿਸਾਨਾਂ ਨੂੰ ਉਹ ਕੀ ਕੁਛ ਦੇਣਾ ਹੈਗਾ। ਉਹ ਜਿਹੜੀ ਮੀਟਿੰਗ ਦੇ ਵਿੱਚ ਸੀ ਸਿਰਫ ਉਹ ਇਹੀ ਕਿਹਾ ਗਿਆ ਵੀ ਹਾਂ ਜੀ ਅਸੀਂ ਇਹ ਮੰਨ ਲਾਂਗੇ, ਉਹਦੇ ਜਿਹੜੇ ਲਾਰੇ ਸੀ ਉਹ ਦਿੱਤਾ, ਲਿਖਤੀ ਜਾਂ ਭਰੋਸਾ ਸਾਨੂੰ ਕੋਈ ਨਹੀਂ ਦਿੱਤਾ। ਉਸ ਤੋਂ ਜਿਹੜਾ ਸਾਡਾ ਪਹਿਲਾਂ ਮੁਤਾਬਕ ਜਿਹੜਾ 9 ਤਰੀਕ ਦਾ ਐਲਾਨ ਕੀਤਾ ਹੋਇਆ ਸੀ ਸੂਬਾ ਕਮੇਟੀ ਦੇ ਉਸ ਸੱਦੇ 'ਤੇ 9 ਤਰੀਕ ਤੋਂ ਲਗਾਤਾਰ ਸੀਐਮ ਭਗਵੰਤ ਮਾਨ ਦੀ ਕੋਠੀ ਮੂਹਰੇ ਜਿਹੜਾ ਸਾਡਾ ਪੱਕਾ ਮੋਰਚਾ ਚੱਲ ਰਿਹਾ ਹੈਗਾ ਇਹ ਉਹਨਾਂ ਚਿਕਰ ਚਾਲੂ ਰਹੂਗਾ ਜਿੰਨਾ ਚਿਕਰ ਇਹ ਸਾਰੀਆਂ ਮੰਗਾਂ ਲਿਖਤੀ ਰੂਪ ਦੇ ਵਿੱਚ ਭਗਵੰਤ ਮਾਨ ਸਾਨੂੰ ਨਹੀਂ ਦਿੰਦਾ, ਜਾਂ ਜਿੰਨਾ ਚਿਕਰ ਸਾਡੀ ਸੂਬਾ ਟੀਮ ਸਾਨੂੰ ਇਹ ਨਹੀਂ ਕਹਿੰਦੀ ਕਿ ਜਿਹੜੀਆਂ ਇਹ ਭਗਵੰਤ ਮਾਨ ਮੰਗਾਂ ਮੰਨ ਚੁੱਕਿਆ ਹੈਗਾ ਉਹਨਾਂ ਚਿਕਰ ਅਸੀਂ ਪੂਰੀ ਤਿਆਰੀ ਦੇ ਨਾਲ ਜਿਸ ਤਰ੍ਹਾਂ ਅਸੀਂ ਦਿੱਲੀ ਦਾ ਅੰਦੋਲਨ ਲੜਿਆ ਉਸ ਤਰ੍ਹਾਂ ਅਸੀਂ ਪੂਰੇ ਦ੍ਰਿੜ ਇਰਾਦੇ ਨਾਲ ਇਸ ਅੰਦੋਲਨ ਦੇ ਵਿੱਚ ਆਏ ਹਾਂ ਅਤੇ ਸਾਨੂੰ ਉਮੀਦ ਹੈ ਅਤੇ ਸਾਡੇ ਵਰਕਰਾਂ 'ਤੇ ਸਾਨੂੰ ਆਸ ਹੈ ਕਿ ਅਸੀਂ ਇਹ ਮੋਰਚਾ ਜਿੱਤ ਕੇ ਜਾਵਾਂਗੇ। ਭਗਵੰਤ ਮਾਨ ਦੀ ਹੈ ਜਿਹੜੀ ਹਿੰਡ ਹੈ ਜਿਹੜੀ ਉਹਦੀ ਗਲ 'ਤੇ ਗੋਡਾ ਧਰ ਕੇ ਅਸੀਂ ਇਹ ਤੋੜ ਕੇ ਜਾਵਾਂਗੇ। ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਡਟੇ ਰਹੇ ਹੋ ਅਤੇ ਮੈਂ ਬਾਕੀ ਜ਼ਿਲ੍ਹਿਆਂ ਦਾ ਵੀ ਚੈੱਕ ਕਰਕੇ ਆਉਂਦਾ ਵੀ ਕਿਸਾਨ ਕੀ ਕਰ ਰਹੇ ਨੇ ਅਤੇ ਤੁਹਾਡੇ ਨਾਲ ਮੁੜ ਗੱਲ ਕਰਾਂਗਾ ਕਿਉਂਕਿ ਇਸ ਵਕਤ ਲਾਈਟਿੰਗ ਜਿਹੜੀ ਹੈ ਉਹ ਆਮ ਤੌਰ ਦੇ ਉੱਤੇ ਜਿਹੜਾ ਘਰਾਂ ਦੇ ਵਿੱਚ ਇੰਤਜ਼ਾਮ ਕੀਤਾ ਜਾਂਦਾ ਹੈ ਉਹ ਇੱਥੇ ਕੀਤਾ ਹੋਇਆ, ਇੱਧਰ ਬਾਪੂ ਜੀ ਹੁਣੀ ਆਰਾਮ ਵੀ ਕਰ ਰਹੇ ਨੇ। ਕੀ ਨਾਮ ਹੈ ਬਾਈ ਜੀ ਤੁਹਾਡਾ? ਰੋਟੀ ਪਾਣੀ ਛਕ ਲਿਆ? ਅੱਛਾ, ਤੇ ਇਧਰ ਰੋਟੀ ਪਾਣੀ ਛੱਕ ਕੇ ਲੰਗਰ ਪਾਣੀ ਛੱਕ ਕੇ ਆਰਾਮ ਫਰਮਾ ਰਹੇ ਨੇ ਤੇ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਇਸ ਪੂਰੇ ਮੋਰਚੇ ਦਾ ਜ਼ਿਕਰ ਕਰਦੇ ਹਾਂ ਤਾਂ ਇਧਰ ਲੰਗਰ ਪਾਣੀ ਬਣ ਰਿਹਾ ਹੈ, ਬਾਪੂ ਜੀ ਸਾਹਮਣੇ ਲੰਗਰ ਛੱਕ ਰਹੇ ਨੇ। ਬਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਮਲਕੀਤ ਸਿੰਘ ਹੇੜੀਕੇ, ਬਲਾਕ ਸ਼ੇਰਪੁਰ ਦਾ ਪ੍ਰਧਾਨ। ਅੱਛਾ ਮਲਕੀਤ ਜੀ, ਲੰਗਰ ਪਾਣੀ ਛੱਕ ਲਿਆ ਵਾ? ਹਾਂਜੀ, ਸਿਖਾਉਂਦੇ ਹਾਂ ਸੰਗਤਾਂ ਨੂੰ। ਲੰਗਰ ਪਾਣੀ ਛਕ ਲਿਆ, ਰਾਤ ਨੂੰ ਸੌਣ ਦੀ ਤਿਆਰੀ ਹੋਏਗੀ, ਮੁੜ ਸਵੇਰ ਨੂੰ ਸਟੇਜ ਲੱਗਣੀ ਹੈ, ਫਿਰ ਬੈਠਣਾ ਤੁਸੀਂ ਜੋੜ ਕੇ?
हाँ जी हाँ बैठा जिन्हें चर साडिया मंगा नहीं मनिया जाए उन्हें चर अस बैठा जो मर्जी हो जाए। अच्छा लंगर पानी की व्यवस्था है? लंगर आप तैयार कर दे? हाँ जी हाँ आप तैयार कर दे सारा। तुसी की बनाया अज असी बनाई है मूंगी मछरी। मूंगी मछरी बनाई है? छक लिया मूंगी मछरी बना के? छकांगे जी हुण। बहुते तो अजे सौ भी गए घर भी इना टाइम कर दें सौ लगे कि पहला सौ जाते हो? साढ़े जटा के अठ नौ ऊ बच जाते कद कुछ कर लगे कद कुछ कर लगे। इतने कि हो जाए फिर? इतने भी अठ कदा बजी जाते गुरुद्वारे जाके नहा धो के आईदा। गुरुद्वारा साहब इथे ही? ना ना कि ना चले जाने। अच्छा फिर उथे जाके नहा नहा धो के मुड़ के आके चाह जू बना लैंदी आ। रात नू इथे रहना बहुत औखा है तुसी? इथे मच्छर वगैरा किन्ने क ने? मच्छर तां हैगा जी। सारे इंतजाम ने। इधर दुध दुध नु उबाली दवा रहे हो जी? हां जी दुध पियो जी सोनू भी पियावांगे। ट्रालियां तमाम बरनाला दियां ने? ठीक है। होवांगे जी रात नूं दुध पिया देंगे अद्धा लीटर उन्हां नूं। बाकी होर फ्रिज दे विच पिया बहुत दुध 50-60 किलो 70 किलो दुध होर पिया। अच्छा दही जमाता 60-70 किलो। बाकी सुबह लच्छी लुच्छी बना के सारी संगत नूं पियावांगे। अच्छा दही 60-70 किलो जमा दिता। दुध लियाउने कित्थों? दुध घरां तों आउंदा जी साडे मज्जां रखियां ने। नहीं बरनाले तों रोज दुध आउंदा? डेली आउंदा जी अप डाउन करदियां ने गड्डियां साडियां। अच्छा हां नाल संगत आउंदी आ नाले दुध दे लै जी। तुहाडी यूनियन दा जोर सब तों वध मालवे दे विच ते मालवे दे विच वी संगरूर बरनाला इह हलका ज्यादा हैगा। हांजी ते किन्ना तुहानूं लगदा वी हां इह इंपोर्टेंट हैगा इस हलके दे विच तुहाडी यूनियन नूं सहयोग तुहाडे लोकां दा खास तौर दे उत्ते जदों इस अंदोलन दा जिक्र करदे आं असीं अपनी मुख्यमंत्री दे खिलाफ अपनी उह सरकार दे खिलाफ जदों अंदोलन चलना होवे? इह सानूं पहिलां भुलेखा सीगा जी वी बदलाव जिहड़ा आऊगा कोई सानू कोई असी सौखे हो जांगे। ए भुलेखे च रह गए असी पर है ए भी ओही नीतियां ते ओही सारा कुछ आ बिलकुल ओही आ कोई फर्क नहीं। उत्थे गुजरात च भंगड़ा पाई जांदा स्टेज ते नची जांदा ओह जिहड़ी कमेंट्री करदा ती इह वीडियो बना के पाउंदा सी जां कोई ओही कुछ आ इहदे कोले कोई ऐ सरकार बनाउण दा जिहड़ा बनाई आ ने लोकां दा वी भुलेखा दूर करना सी ओह इहदे कोले कोई नहीं हैगा। बस हुण जदों असी तुहाडे इस धरने दा जिक्र करदे आ खास तौर अपनी सरकार ते सरकार दीआं नीतियां तुहानूं की लगदा है कि जिहड़े बदलाव दे वल जां जिहड़े बदलाव नूं देख के लोकां ने वोट पाई सीगी उस वल वधिया पंजाब? बिलकुल नहीं जी बिलकुल नहीं वधिया एक भी परसेंट नहीं वधिया। पर इह तां सानूं तां है आही बस मर के हक लैणे पैणे लड़ना पैणा मच्छर दे विच बहि के हक लैणे पैणे। कोई भी सरकार साडी नहीं बण सकदी कोई भी जिहड़ा भी इह राजगद्दी ते आ गया वोटां नाल वोटां तों असीं कुछ नहीं भालदे सानूं तां आप लड़ना पैणा आप लड़ के सानूं आप दे हक प्राप्त करने पैणे। अच्छा मन कित्थे ज्यादा लगदा घरे लगदा जां इत्थे? मन तां जी जदों आ जांदे इत्थे भी लगदा पर घरे भी चिंता हैगी आ। घरे चिंता डंगर पशु रखे आ। नहीं आ जाओ तुहाडा मन ज्यादा लगदा इत्थे? की नाम है तुहाडा? कोई जायज गल नहीं लगदा जी जिमीदार पराली नूं अग लाऊगा ओहदी असीं जमीन दे उपर नोट ला देंगे लाल एंट्री ला देंगे। फर्ज करो किसी दी भी जमीन ते लगे लाल एंट्री लग गई जी ओह जिंदगी ओह ना तां मतलब चलो उहदा एक साल दा प्रोसीजर होऊ दो साल दा पंज साल दा ना तां ओह जमींदार उहनूं बेच सकदा जिथे लाल एंट्री लग गई ते ना ओहदे उपर कोई भी जमींदार लोड़मंद लोन लै सकदा। एक बार उड़ीसा च लगा सीगा जी पुरानी गल्ल है उहनां दा उहने कर्जा माफ करता सीगा जी जमींदारां दा करता मजदूर दा करता उत्थे लाल एंट्री लैती अज तक 100 किलो भी लोन नहीं मिलदा जी उत्थे आ गल आ गई। हुण इहनां ने जो लाल एंट्री लै ली जमींदार तां पहली कड़की च फसिया होया जी दुबारे आउण वाले समें दे विच तां इदू कछूता पा जूगा जी। बापू जी मन परचावे दे लई की करदे हो? दिने तां स्टेज चलदी है रात नूं की करदे हो शाम वेले जदों स्टेज खतम हो जांदी है? गल्लां नहीं जी साडे कोल तां कीड़ियां कीड़ियां आही
लाल एंट्री काली लाल एंट्री होगी, मान दुखी बहुत है। 70 साल की उम्र होगी। मच्छर लड़ता तो आड़े? ना जी कानू लड़ता है करके बैठे कोई शौक नही बैठे जी छा भी करता भी आपके बच्चे दो दो करोड़ कोठी पाई बैठे लिखा यूथ की कह रहे अज की डेट जो किसान इतना बैठा हो पढ़िया यूथ आप लत्ता खादा जी उत्थे धरना ला लो जी हरेक मुलाजम का धरना लगता जी हर एक महकमे का हरेक मुलाजम का धरना लगता जी लारे लपे गवर्नमेंट टाइम टपाई जी तो मान लो पिछले 20-30-50-70 साल कह लो की नाम की है हल्के तो मेरा नाम हाकम सिंह जी चौधरी परिवार चो जी पिंड शेरपुर थाना जी सरूर डिस्ट्रिक्ट पैंदा धूरी नेड़े पैंदा जी। सो शेरपुर दे जिहड़े ये लोग ने संगरूर खास तौर दे उत्ते मुख्यमंत्री भगवंत मान दे हलके दे सो जिहड़ा रात दा वेला है वह इंतजाम ने एक पासे भांडे धोए जा रहे ने किते लंगर पक रहे किते सौण कई सौ चुके ने कई ने सौण की तैयारी वह खिंच ली है। इस बस दे विच वी जिहड़े लोग ने वह आराम फरमा रहे ने सो इत्थे वी जिहड़ा है वह मोर्चा डटिया होया है। लंगर पानी बन गया जी छक लिया लंगर की बनाया बनाया सी गोभी बनाई सी जी दोपहरे की बनाया सी दोपहरे बनाया सी जी असी मूंगी बनाई सी फ्राई करी सी हां जी वधिया टमाटर टमूटर पा के हरी मिर्च वगैरह बैठ जाओ कोई नहीं हां नहीं नहीं मैं जी कोई ना मैं नहीं बैठो बैठो तुहाडे नाल बैठ के गल करदे हां। अच्छा बापू जी तुसी की खादा असी कद्दू दी दाल बनाई ए, लंगर बनाया किने की जिम्मेवारी लगी बनाया सारे जिहड़े जिहड़े इत्थे बैठे ने सारे लंगर बनाउणी जानदे ने दिल्ली ने सिखाया ते उदों घरे बनाया कदी दिल्ली तो मुड़ के घरे घरे तो है भाई लड़कियां बनाउण वालियां पर इत्थे बनाउणा इत्थे हुण सारी कोई नहीं भुल्लिया हुण। अच्छा एक सच्ची सच्ची गल दस्सो भी घर वाला ज्यादा स्वाद लगता है जां अपने हत्थां दा अपने साथियां दे हत्थां दा आप जिहा जिहा आप बना लू बंदा उस चीज स्वाद लगू केड़े हलके तो आए ਅਸੀਂ ਬਰਨਾਲੇ ਜੀ ਬਰਨਾਲੇ ਤੋਂ ਹਾਂਜੀ ਹਲਕਾ ਵਿਧਾਨ ਸਭਾ ਹਲਕਾ ਬਰਨਾਲਾ ਹੈ ਤੁਹਾਡਾ ਹਾਂਜੀ ਹਾਂਜੀ ਕੈਬਨਿਟ ਮੰਤਰੀ ਮੀਤਹਿਰ ਦਾ ਹਲਕਾ ਹਾਂਜੀ ਹਾਂਜੀ ਆਇਆ ਕੋਈ ਸੁਨੇਹਾ ਮੀਤਹਿਰ ਵੱਲੋਂ ਵੀ ਨਹੀਂ ਨਾ ਜੀ ਕੋਈ ਸੁਨੇਹਾ ਨਹੀਂ ਆਇਆ। ਅੱਛਾ ਪ੍ਰਸ਼ਾਦਾ ਵਗੈਰਾ ਛਕ ਲਿਆ ਤੁਸੀਂ ਤਾਂ ਸੌਣ ਦੀ ਪੂਰੀ ਤਿਆਰੀ ਦੇ ਵਿੱਚ ਸੀਗੇ ਤੁਹਾਨੂੰ ਉਠਾ ਦਿੱਤਾ ਅਸੀਂ ਕੋਈ ਗੱਲ ਨਹੀਂ ਛੁੱਟੀ ਤਾਂ ਕੀ ਗੱਲ ਹੈ ਜੀ ਕੋਈ ਫਰਕ ਨਹੀਂ ਪੜਦਾ ਗੱਲਾਂ ਕਰਦੇ ਤੇ ਪ੍ਰਧਾਨ ਨਾਲ ਹੁਣ ਗੱਲਾਂ ਕਰਦੇ ਤੇ ਇਹੀ ਵੀ ਕਿਵੇਂ ਹੋਇਆ ਮੀਟਿੰਗ ਦਾ ਮਾੜਾ ਮੋਟਾ ਕੋਈ ਮਸਲਾ ਹੱਲ ਹੁੰਦਾ ਕਿ ਨਾ ਬਰਨਾਲੇ ਵਾਲੇ ਮੀਟਿੰਗਾਂ ਕਰ ਰਹੇ ਸੀ ਤੁਸੀਂ ਮੀਟਿੰਗ ਵੀ ਸੀ ਮਤਲਬ ਹੁਣ ਜਿਵੇਂ ਆਪਾਂ ਨਾ ਕਬੀਲਦਾਰੀ ਸਿਆਣੇ ਜਵਾਕ ਨੂੰ ਸੰਭਾਲ ਦਿੰਦੇ ਹਾਂ ਹੁਣ ਦੁਨੀਆ ਨੂੰ ਆਇਆ ਚੀਜ਼ ਤੇ ਵੀ ਬਦਲਾਓ ਆ ਗਿਆ ਵੀ ਹੁਣ ਕੰਮ ਵਧੀਆ ਕਰੂ ਪਰ ਇਹਦਾ ਵੀ ਉਹੀ ਹਾਲ ਹੀਲਾ ਦਿਖੀ ਜਾਂਦਾ ਜਦੋਂ ਮੰਨਦੇ ਹੀ ਨਹੀਂ ਕਿਸੇ ਦੀ ਗੱਲ ਹੀ ਨਹੀਂ ਮੰਨਦਾ ਇਹ ਫਿਰ ਬਣੂਗੀ ਆਹ ਹੁਣ ਚਿੱਟੇ ਤੇਲੇ ਨੇ ਕਿ ਪਹਿਲਾਂ ਤਾਂ ਹੁਣ ਜਿਹੜਾ ਤੇਲਾ ਪੈ ਗਿਆ ਹੁਣ ਚਾਰ ਚਾਰ ਲੋਕਾਂ ਨੇ ਸਪਰੇਹਾਂ ਕਰਤੀਆਂ ਇਹ ਵੀ ਨਹੀਂ ਕੋਈ ਬਣ ਸਕਦਾ ਕੋਈ ਕਿੱਤਾ ਜ਼ਿਆਦਾ ਕੋਈ ਨਾ ਤਾਂ ਦਵਾਈ ਚੱਜਦੀ ਹੈ ਨਾ ਕੁਛ ਹੋਰ ਚੱਜਦਾ ਇੱਕ ਉਹ ਜਿਵੇਂ ਕਹਿੰਦੇ ਹੁੰਦੇ ਨੇ ਵੀ ਕਾਨੇ ਦੇ ਪੈਂਦੇ ਨੇ ਪੂਸ ਖੜੀ ਹੋ ਜਾਂਦੀ ਹੈ ਤਾਂ ਲੋਟ ਢਾਂਚਾ ਮਸਾਂ ਹੀ ਆਊ ਹੁਣ ਇਹ ਤੋਂ ਜਿੰਨਾ ਚੱਕ ਇਹ ਮਸਲੇ ਸਾਡੇ ਹੱਲ ਨਹੀਂ ਹੁੰਦੇ ਜਿਹੜੇ ਕਾਨੂੰਨ ਕੱਢੇ ਨੇ ਨਵੇਂ ਉਹਨਾਂ ਚ ਕਿੱਥੋਂ ਇੱਥੇ ਆ ਚਾਹੇ ਸਾਲ ਲੱਗ ਜਾਏ ਇਹਨਾਂ ਮੰਜਿਆਂ ਤੇ ਹੀ ਇਸੇ ਥਾਂ ਦੇ ਉੱਤੇ ਇੱਥੇ ਕੱਢ ਦੋਗੇ ਇੱਥੇ ਹੁਣ ਆ ਬਾਈਆਂ ਨੇ ਪੱਕਾ ਘਰ ਪਾ ਲਿਆ ਸਾਰਿਆਂ ਦੇ ਸਾਡੀਆਂ ਵੀ ਉਵੇਂ ਜ਼ਿਕਰੀ ਚਾਦਰਾਂ ਉਵੇਂ ਜ਼ਿਕਰੀ ਚਾਦਰਾਂ 60-70 ਹਜ਼ਾਰ ਤੁਹਾਡਾ ਘਰ ਦੇਖ ਕੇ ਆਉਂਦੇ ਆ ਵੀ ਕਿਸ ਤਰੀਕੇ ਦਾ ਤੁਸੀਂ ਘਰ ਬਣਾਇਆ ਹੈ ਕਿਉਂਕਿ ਦਿੱਲੀ ਦੇ ਵਿੱਚ ਘਰ ਬਹੁਤ ਜ਼ਿਆਦਾ ਪ੍ਰਸਿੱਧ ਹੋਏ ਸੀ ਘਰਾਂ ਨੂੰ ਲੈ ਕੇ ਚਰਚਾਵਾਂ ਬਹੁਤ ਹੋਈਆਂ। ਅੱਛਾ ਬਾਪੂ ਜੀ ਭਾਂਡੇ ਧੋ ਰਹੇ ਸੀ ਤੁਸੀਂ ਘਰ ਵੀ ਧੋਤੇ ਆ ਭਾਂਡੇ ਕਦੀ ਘਰੇ ਤਾਂ ਨਹੀਂ ਧੋਤੇ ਬਾਹਰ ਰੱਖ ਧਰਨੇ ਲੈ ਕੇ ਧੋਨੇ ਆ ਇੱਥੇ ਰੋਟੀਆਂ ਪਕਾ ਲਈਦੀਆਂ ਭਾਂਡੇ ਵੀ ਧੋ ਲਈਦੇ ਆ ਜੇ ਘਰੇ ਕੋਈ ਕਹਿ ਦੇ ਭਾਂਡੇ ਧੋਣ ਨੂੰ ਰੋਟੀ ਬਣਾਉਣ ਨੂੰ ਫਿਰ ਕੀ ਕਹਿੰਦੇ ਹੋ ਘਰੇ ਤਾਂ ਜੀ ਦੇਖੋ ਨਾ ਕਿਤੇ ਅੱਜ ਤੱਕ ਵਿਚਾਰੀਆਂ ਨੇ ਕਿਹਾ ਹੈਗਾ ਵੀ ਤੁਸੀਂ ਭਾਂਡੇ ਧੋ ਲਓ ਨਾ ਹੀ ਉਮੀਦ ਹੈਗੀ ਵੀ ਕਹਿਣ ਹਾਂ ਘਰੇ ਤਾਂ ਇਹੋ ਜਿਹੀ ਹਾਲਤ ਆ ਕੇ ਸ਼ੌਕ ਪੂਰੇ ਕਰੀ ਜਾਂਦੇ ਬਾਹਰ ਤਾਂ ਜੀ ਸ਼ੌਕ ਤਾਂ ਕਹਦੇ ਮਜਬੂਰੀ ਆ ਸਰਕਾਰਾਂ ਦੀ ਮਜਬੂਰੀ ਬਣਾਈ ਹੋਈ ਹੈ ਸ਼ੌਕ ਤਾਂ ਕਿਹਦਾ ਹੁੰਦਾ ਵੀ ਇੱਥੇ ਅਸੀਂ ਆ ਕੇ ਭੁੰਜੇ ਪਿੱਗੇ ਤੇ ਔਖਾ ਤਾਂ ਬਹੁਤ ਲੱਗਦਾ ਹੋਣਾ ਨਹੀਂ ਔਖਾ ਤਾਂ ਜੀ ਹੈਗਾ ਪਰ ਇਹਦਾ ਹੱਲ ਨਹੀਂ ਹੈ ਕੋਈ ਮਜਬੂਰੀ ਬਸ ਹੈ ਹੁਣ ਦੇਖੋ ਫਿਰ ਜੇ ਨਾ ਅਸੀਂ ਇੱਥੇ ਪਵਾਂਗੇ ਬੈਠਾਂਗੇ ਤਾਂ ਫਿਰ ਸਰਕਾਰਾਂ ਸਾਰਾ ਕੁਛ ਖੋਹ ਕੇ ਲੈ ਜਾਣਗੀਆਂ ਕਾਰਪੋਰੇਟ ਘਰਾਣੇ ਸਾਰਾ ਕੁਛ ਸਾਡਾ ਲੁੱਟ ਕੇ ਲੈ ਜਾਣਗੇ ਅੱਗੇ ਕੁਛ ਲੁੱਟ ਕੇ ਲੈ ਗਏ ਅਸੀਂ ਤਾਂ ਤਵੀਆ ਕਰਕੇ ਤੁਰੇ ਹੋਏ ਹਾਂ ਵੀ ਜਿਹੜਾ ਲੁੱਟਿਆ ਹੋਇਆ ਮਾਲ ਆ ਅਸੀਂ ਤਾਂ ਵਾਪਸ ਲੈ ਕੇ ਲੋਕਾਂ 'ਚ ਵੰਡਣਾ ਹੈਗਾ ਅਸੀਂ ਤਾਂ ਇਹ ਘਰੋਂ ਪਰਨ ਲੈ ਕੇ ਤੁਰੇ ਹੋਏ ਹਾਂ ਘਰ ਦਾ ਕੰਮ ਸਾਡੇ ਲਗਭਗ ਛੱਡੇ ਹੋਏ ਆ ਹੁਣ ਘਰ ਅਸੀਂ ਜਿਹੜਾ ਨਿੱਜੀ ਕੰਮ ਉਹ ਤਿਆਗਤੇ ਆ ਅਸੀਂ ਸਰਕਾਰਾਂ ਜਿਹੜੇ ਇੱਥੋਂ ਦੇ ਹਾਕਮ ਹੈ ਦਲਾਲ ਹੈ
ਕਾਰਪੋਰੇਟ ਘਰਾਣਿਆਂ ਦੇ, ਸਾਮਰਾਜ ਦੇਸੀ ਵਿਦੇਸੀ ਕੰਪਨੀਆਂ ਦੇ, ਉਹ ਹੋਰ ਲੁੱਟਣ ਨੂੰ ਸਕੀਮਾਂ ਕਰਦੇ ਆ, ਹਰ ਰੋਜ਼ ਨਵੇਂ ਤੋਂ ਨਵੇਂ ਕਾਨੂੰਨ ਲੈ ਕੇ ਆਉਂਦੇ ਹੈਗੇ, ਕਾਨੂੰਨਾਂ ਪੁਰਾਣੇ ਸਨਵੇਂ ਸੋਧਾਂ ਕਰਦੇ ਆ। ਅਸੀਂ ਕਹਿੰਦੇ ਹਾਂ ਵੀ ਜਿਹੜਾ ਲੁੱਟਿਆ ਹੋਇਆ ਮਾਲ ਹੈ ਅਸੀਂ ਉਹ ਕਿਸਾਨਾਂ ਮਜ਼ਦੂਰਾਂ 'ਚ ਕਿਰਤੀ ਲੋਕਾਂ 'ਚ ਵੰਡਣਾ ਹੈਗਾ। ਇੱਥੇ ਦੋ ਤਰ੍ਹਾਂ ਦੀ ਲੜਾਈ, ਇੱਕ ਤਾਂ ਲੁੱਟਣ ਵਾਲੀ ਹੈ, ਉਹ ਜਿਹੜੀ ਥੋੜ੍ਹੇ ਮੁੱਠੀ ਭਰ ਲੋਕ ਹੈ ਉਹਨਾਂ ਕੋਲ ਤਾਕਤ ਹੈ, ਅਸੀਂ ਲੁੱਟੇ ਜਾਣ ਵਾਲੇ ਲੋਕ ਹੈ। ਜਿੰਨਾ ਚਿਰ ਸ਼ਹੀਦ ਭਗਤ ਸਿੰਘ ਵਾਲੀ ਜਿਹੜੀ ਅਸੀਂ ਲੈਣ ਲੈ ਕੇ ਤੁਰੇ ਹੋਏ ਹਾਂ, ਜਿੰਨਾ ਚਿਰ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਦੀ ਖਤਮ ਨਹੀਂ ਹੁੰਦੀ, ਉਨਾ ਚਿਰ ਅਸੀਂ ਇਸ ਤੱਕ ਹੀ ਲੜਦੇ ਰਹਿਣਾ ਹੈਗਾ। ਲੜ ਕੇ ਕਹਿੰਦੇ ਜਿੱਤ ਹਾਸਲ ਕਰਨੀ ਹੈ। ਅੱਛਾ, ਇਹ ਤੁਸੀਂ ਘਰ ਬਣਾਇਆ ਆਰਜੀ ਤੌਰ ਦੇ ਉੱਤੇ, ਇਹ ਮੁੱਖ ਗੇਟ ਹੈ ਘਰ ਦਾ, ਪਰ ਗੇਟ ਤਾਂ ਤੁਹਾਡਾ ਇਹ ਵੀ ਖੁੱਲ੍ਹਾ ਹੈ। ਅੱਛਾ ਅੱਛਾ, ਇੱਥੇ ਫਰਿੱਜ ਵੀ ਰੱਖ ਲਿਆ। ਕਿੱਧਰ ਥਰਮੋਸ ਕਿੱਧਰ ਹੈ? ਅੱਛਾ, ਇਹ ਥਰਮੋਸ ਰੱਖ ਦਿੱਤੀ। ਹਾਂਜੀ, ਇਹ ਘਰ ਬਾਰੇ ਜਾਣਕਾਰੀ ਇਹ ਹੈ ਜੀ, ਸਾਡਾ ਜਿੰਨਾ ਵੀ ਖਾਣੇ ਦਾਣੇ ਦਾ ਪ੍ਰਬੰਧ ਆ ਸਾਡਾ ਫੁੱਲ ਵਟਾ ਫੁੱਲ ਆ ਜੀ। ਫਰਿੱਜ ਵੀ ਹੈ ਸਾਡੇ ਕੋਲ, ਦੋ ਡੇਗੇ ਵੀ ਆ, ਟੱਬ ਵੀ ਨੇ, ਦੋ ਟੱਬ ਨੇ ਤੇ ਬਾਲਟੀਆਂ ਨੇ ਤੇ ਫਰਿੱਜ ਹੈਗੀ, ਜਿਹੜੀ ਚਾਹ ਵਾਲੀ ਹੈਗੀ, ਪਾਣੀ ਵਾਲਾ ਵੀ ਕੈਂਫਰ ਆ ਗਿਆ ਸਾਡੇ ਕੋਲ, ਗੈਸ ਸਿਲੰਡਰ ਵੀ ਨੇ, ਸਟੋਕ ਕਰਨ ਵਾਲਾ ਪਾਣੀ ਵਾਲਾ ਡਰੰਮ ਵੀ ਪਿਆ ਗਾ। ਬਾਕੀ ਸਾਡਾ ਇਹਦੇ ਮੇਨ ਘਰ ਪਾਇਆ ਵਾ ਤੇ ਪੱਕਾ ਜੀ, ਇਹ ਸਾਡਾ ਸੰਯੁਕਤ ਮੋਰਚੇ ਦੀ ਖਾਤਰ ਅਸੀਂ ਜਦੋਂ ਦਿੱਲੀ ਦੇ ਵਿੱਚ ਲਾਇਆ ਸੀ ਉਦੋਂ ਇਹ ਘਰ ਅਸੀਂ ਆਪਦੇ ਸਪੈਸ਼ਲੀ ਰੈਡੀਮੇਡ ਬਣਾ ਲਏ ਸੀਗੇ, ਤਾਂ ਕਿ ਵੀ ਜਿੰਨਾ ਚਿਰ ਮਰਜ਼ੀ ਵੀ ਇਹ ਮੋਦੀ ਦਿੱਲੀ ਵਾਲਾ ਜਿਹੜਾ ਤੁਸੀਂ ਘਰ ਆਇਆ ਉਹੀ ਇੱਥੇ ਚੱਕ ਲਿਆ? ਸਾਰਿਆਂ ਕੋਲ ਜਿਹੜੇ ਸਾਡੇ ਗ੍ਰਾਹਕ ਗਰੁੱਪ ਆ ਸਾਰਿਆਂ ਕੋਲ ਆਪਦੇ ਰੈਡੀਮੇਡ ਘਰ ਬਣੇ ਹੋਏ ਜੀ, ਸਾਰਾ ਟੋਟਲ ਸਮਾਨ ਸਾਡੇ ਕੋਲ ਆ। ਹਾਂਜੀ, ਚਲੋ ਜੀ। ਅੱਛਾ, ਕਿਵੇਂ ਇਹ ਸਾਰਾ ਬਣਾਇਆ ਹੋਇਆ ਤੁਸੀਂ? ਇਹ ਇੱਥੇ ਪਹਿਲਾਂ ਕੁਛ ਲੱਗਿਆ ਹੋਇਆ ਸੀ, ਆਹ ਜਿਹੜਾ ਏਰੀਆ ਹੈਗਾ? ਅੱਛਾ, ਇੱਥੇ ਜਾਲੀ ਵਗੈਰਾ ਲਾ ਦੋਗੇ? ਅੱਛਾ, ਆਰਾਮ ਫਰਮਾ ਰਹੇ ਸੀਗੇ ਜੀ। ਅੱਛਾ, ਘਰ ਤਾਂ ਤੁਸੀਂ ਇੱਥੇ ਵੀ ਬਣਾ ਲਿਆ, ਕੀ ਸਲਾਹ ਲੱਗਦੀ ਹੈ? ਕਿੰਨਾ ਕੁ ਚਿਰ ਸੋ ਇਹ ਜਿਹੜਾ ਇੱਕ ਘਰ ਹੈ ਉਹ ਆਰਜੀ ਤੌਰ ਦੇ ਉੱਤੇ ਬਣਾ ਲਿਆ, ਚਾਹੇ ਘਰ ਦੇ ਵਿਚ ਕਿੰਨੇ ਬੰਦਿਆਂ ਦੇ ਪੈਣ ਦੀ ਵਿਵਸਥਾ, ਕਿੰਨਿਆਂ ਦੀ ਰਹਿਣ ਦੀ ਵਿਵਸਥਾ? 15 ਜਾਣੇ ਜੀ, 15-16 ਜਾਣਾ ਵੱਧ ਰਹਿ ਜਾਣਗੇ, 20 ਜਾਣੇ ਪੈ ਜਾਣਗੇ ਵੱਧ ਬਸ। ਅੱਛਾ, ਕੀ ਨਾਮ ਹੈ ਤੁਹਾਡਾ? ਜੱਗਾ ਸਿੰਘ ਜੀ। ਜੱਗਾ ਜੀ, ਜਿਵੇਂ ਆਹ ਘਰ ਬਣਾ ਲਿਆ, ਬਿਸਤਰੇ ਲਾ ਲਏ, ਮੀਂਹ ਤੋਂ ਬਚਾਉਣ ਦੇ ਲਈ ਉੱਤੇ ਤਰਪਾਲ ਹੈ, ਇੱਕ ਪੱਕੇ ਤੌਰ ਦੇ ਉੱਤੇ ਹੈ, ਕਹਿੰਦੇ ਵੀ ਜਾਲੀ ਵੀ ਲਵਾ ਲਾਂਗੇ, ਮੱਛਰ ਨਾ ਆਵੇ ਅੰਦਰ, ਮਤਲਬ ਪੂਰਾ ਪ੍ਰਬੰਧ ਹੈ? ਨਹੀਂ ਨਹੀਂ ਮੁੜਦੇ ਹੁਣ? ਨਹੀਂ ਮੁੜਦੇ। ਕਦੋਂ ਜਾਓਗੇ? ਜਦੋਂ ਸਾਡੇ ਫੈਸਲੇ ਹੋ ਜਾਣਗੇ। ਕਿਹੜੇ ਕਿਹੜੇ ਫੈਸਲੇ ਤੁਸੀਂ ਚਾਹੁੰਦੇ ਹੋ ਵੀ ਹੋ ਜਾਏ? ਤਾਂ ਆਪਾਂ ਆ ਗਿਆ ਪਰਾਲੀ ਵਾਲਾ ਤੇ ਆਪਣਾ ਆ ਗਿਆ ਇਹਦਾ ਮਾਈਨਿੰਗ ਦਾ ਤੇ ਬਾਕੀ ਜਿਹੜਾ ਨਹਿ ਆਪਣੇ ਦਿੱਲੀ ਦੇ ਵਿੱਚ ਵੀ ਲੈ ਕੇ ਆਏ ਹੋ ਪਹਿਲਾਂ ਜਦੋਂ ਦਿੱਲੀ 'ਚ ਮੋਰਚਾ ਸੀਗਾ? ਕੀ ਫਰਕ ਲੱਗਦਾ ਹੈ ਉਸ ਮੋਰਚੇ ਤੋਂ ਲੈ ਕੇ ਇਸ ਮੋਰਚੇ ਤੱਕ? ਇੱਕੋ ਚੀਜ਼ ਹੈ ਜੀ, ਬਸ ਉਹੀ ਸ਼ਿਮਲਾ ਅਸੀਂ ਉਵੇਂ ਆਏ ਹਾਂ, ਉਸੇ ਤੱਕ ਦੀ ਰਹਾਂਗੇ, ਸਭ ਕੁਝ ਸਾਡੇ ਕੋਲ ਸਾਲ 6 ਮਹੀਨੇ ਦੇ ਰਸਣ ਇਕੱਠੇ ਹੋਈ ਜਾਂਦੇ। ਮਗਰ ਹੁਣ ਕਿੰਨੇ ਦਾ ਲੈ ਕੇ ਆਏ ਹੋ? ਹੁਣ ਅਸੀਂ 1 ਮਹੀਨੇ ਦਾ ਰਸਣ ਲੈ ਕੇ ਆਏ ਹਾਂ ਤੇ ਮਗਰ 3 ਮਹੀਨੇ ਸਾਡਾ ਇਕੱਠਾ ਕਰਿਆ ਪਿਆ। ਇਕੱਠਾ ਕੀਤਾ ਹੋਇਆ, ਯਾਨੀ 4 ਮਹੀਨਿਆਂ ਦੀ ਤਿਆਰੀ ਤਾਂ ਤੁਹਾਡੇ ਹੱਥਾਂ ਤੇ? ਹੱਥਾਂ ਤੇ। ਲੱਗਦਾ ਵੀ ਤੁਹਾਡਾ ਹੀ ਮੁੱਖ ਮੰਤਰੀ ਤੁਹਾਡੇ ਹੀ ਹਲਕੇ ਦਾ ਹੈ, ਹੱਲ ਕੱਢ ਲੇਗਾ ਕੋਈ ਨਾ ਕੋਈ? ਜੇ ਕੱਢੂਗਾ ਚੰਗਾ ਰਹੂਗਾ, ਤੇ ਨਹੀਂ ਅਸੀਂ ਤਾਂ ਬੈਠੇ ਇੱਥੇ। ਪਿੱਛੇ ਝੋਨਾ ਵੀ ਤਾਂ ਵੱਢਣਾ ਹੋਏਗਾ? ਝੋਨਾ ਵੱਢ ਲੈਣਗੇ, ਹੈਗੇ ਪਰਿਵਾਰ, ਸਾਰਾ ਪਰਿਵਾਰ ਪਿੱਛੇ। ਕੌਣ ਕੌਣ ਆਇਆ ਪਰਿਵਾਰ ਦੇ ਵਿੱਚੋਂ? 3 ਬੰਦੇ ਆਏ, 3 ਘਰਾਂ ਵਾਲੀ ਆਈ ਆ, ਮੇਰਾ ਬੱਚਾ ਇੱਕ ਤੇ ਮੇਰਾ ਬਾਦਰਾ ਵੱਡਾ ਤੇ ਉਹਦਾ ਇੱਕ ਬੇਟਾ ਗਾ, ਉਹ ਆਪੇ ਸਾਂਭਣਗੇ ਮਗਰ। ਸੋ ਰਾਤ ਦਾ ਵੇਲਾ ਹੈ, ਆਰਾਮ ਇੱਥੇ ਫਰਮਾ ਰਹੇ ਨੇ ਕਿ ਬਰਨਾਲੇ ਵਾਲਿਆਂ ਦਾ ਇਹ ਜਿਹੜਾ ਘਰ ਹੈ। ਬਾਈ ਜੀ, ਆ ਜਾਓ ਜਰਾ ਇੱਥੇ ਨੂੰ। ਅੱਛਾ, ਇਹ ਮਤਲਬ ਕਿਵੇਂ ਸੋਚ ਆਈ ਸੀ ਉਦੋਂ ਜਦੋਂ ਇਹ ਦਿੱਲੀ ਦੇ ਵਿੱਚ ਤੁਸੀਂ ਇਹ ਘਰ ਆਰਜੀ ਤੌਰ ਤੇ ਜਾਂ ਕਹਿ ਲਏ ਇਹ ਕਹਿੰਦੇ ਵੀ ਪੱਕਾ ਹੀ ਹੈ, ਤਾਂ ਇਹ ਕਿਵੇਂ ਸੋਚ ਆਈ ਵੀ ਇਸ ਤਰੀਕੇ ਦਾ ਬਣਾਉਣਾ ਚਾਹੀਦਾ? ਇਹ ਸੋਚ ਸਾਡੀ ਇਹ ਬਣੀ ਜੀ ਵੀ ਮੋਦੀ ਬਾਰੇ ਕਹਿੰਦੇ ਸੀ ਜੋ ਉਹਨੇ ਬੋਲਤਾ ਵਾਪਸ ਨਹੀਂ ਹੁੰਦਾ, ਅਸੀਂ ਵੀ ਇਹ ਤਾਂ ਆਪਣੇ ਮਨ ਬਣਾ ਲਏ ਸੀ, ਸਾਨੂੰ ਇਸ ਬਾਰੇ ਪਤਾ ਸੀ, ਅਸੀਂ ਪੜ੍ਹੇ ਲਿਖੇ ਸੀਗੇ ਸਾਰੇ ਜਿੰਨੇ ਵੀ ਮਤਲਬ ਅਸੀਂ ਇਸ ਦੇ ਵਿੱਚ ਕੰਮ ਕਰਦੇ ਹਾਂਗੇ, ਕਿਸਾਨੀ ਦੇ ਵਿੱਚ ਅਸੀਂ ਪੜ੍ਹੇ ਲਿਖੇ ਹਾਂਗੇ ਸਾਰੇ ਜੀ। ਮੇਰੀ BA ਗ੍ਰੈਜੂਏਸ਼ਨ 72 ਦੇ ਵਿੱਚ ਕਰਿਆ, 8 ਦੇ ਵਿੱਚ ਕਰੀ ਵੀ ਸੋਰੀ ਐਸ ਵੀ ਕਾਲਜ ਬਰਨਾਲੇ ਵਿੱਚੋਂ,
ਜਿਹੜੇ ਸਾਡੇ ਆਗੂ ਸਾਹਿਬਾਨ ਆ ਉਹਨੂੰ ਵੀ ਸਾਨੂੰ ਗਾਈਡ ਕਰਦੇ ਆ। ਫਿਰ ਅਸੀਂ ਆਖਿਆ ਵੀ ਜਿੰਨਾ ਚਿਰ ਆਪਾਂ ਪੂਰਨ ਰੂਪ ਦੇ ਵਿੱਚ ਆਪਦੇ ਪਰਮਾਨੈਂਟ ਹਾਊਸ ਨਹੀਂ ਬਣਾਉਂਦੇ ਉਹਨਾਂ ਚਿਰ ਆਪਣੇ ਨਾਲ ਮੋਦੀ ਨਾਲ ਲੜਾਈ ਨਹੀਂ ਲੜੀ ਜਾਣੀ। ਫਿਰ ਅਸੀਂ ਇਹ ਸਾਰੇ ਇਸ ਗੱਲ ਨੂੰ ਸੋਚ ਕੇ ਵੀ ਅਸੀਂ ਹਰ ਹਾਲਤ 'ਤੇ ਜਿਹੜੇ ਕਾਲੇ ਕਾਨੂੰਨ ਵਾਪਸ ਕਰਾਉਣੇ ਹੀ ਕਰਾਉਣੇ ਆ ਅਤੇ ਆਪਣੇ ਪੱਕੇ ਘਰਾਂ ਬਣਾ ਹੋਣੇ। ਇਹ ਲੱਗਦਾ ਆਪਣੇ ਸਾਥੀਆਂ 'ਚ ਰਾਤ ਨੂੰ ਰਹਿਣਾ ਅਤੇ ਇੱਕ ਘਰ ਦੇ ਵਿੱਚ ਆਪਣੇ ਬੈੱਡ 'ਤੇ ਪੈਣਾ ਅਤੇ ਇੱਕ ਇਸ ਥਾਂ ਦੇ ਉੱਤੇ ਬਿਸਤਰਿਆਂ ਦੇ ਉੱਤੇ ਇੱਕ ਵੱਖਰੇ ਤੌਰ ਦਾ ਘਰ ਹੈ। ਨਹੀਂ ਜੀ, ਸਾਨੂੰ ਘਰ ਨੂੰ ਵੀ ਬੈਟਰ ਲੱਗਦਾ ਹੈ, ਬਹੁਤ ਜ਼ਿਆਦਾ ਆਰਾਮ ਦੇ ਕੇ ਕੰਫਰਟੇਬਲ ਆ। ਸਾਡੇ ਪੂਰਾ ਇੱਕ ਪਰਿਵਾਰ ਆ, ਵੱਡਾ ਪਰਿਵਾਰ ਹੈ, ਕਿੱਥੇ ਤਾਂ 5-7 ਜੀ ਹੁੰਦੇ ਆ, ਹੁਣ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡਾ ਪਰਿਵਾਰ ਪਰਿਵਾਰ ਵੱਡਾ ਹੋ ਗਿਆ। ਠੀਕ ਹੈ। ਸੋ ਇਹ ਬਰਨਾਲੇ ਦਾ ਜਿਹੜਾ ਬਰਨਾਲੇ ਹਲਕੇ ਦੇ ਕਿਸਾਨ ਨੇ ਜਿਨ੍ਹਾਂ ਦੇ ਵੱਲੋਂ ਇੱਥੇ ਆਰਜ਼ੀ ਤੌਰ 'ਤੇ ਜਿਹੜਾ ਘਰ ਹੈ ਉਹ ਬਣਾਇਆ ਗਿਆ ਹੈ। ਸੋ ਕਿਸਾਨੀ ਝੰਡੇ ਵੀ ਇੱਥੇ ਰੱਖੇ ਗਏ ਨੇ। ਸੋ ਇੱਕ ਪਾਸੇ ਤਸਵੀਰ ਹੈ ਜਿਹੜੀ ਉਹ ਰਾਤ ਦੀ ਹੈ, ਕਿਸਾਨ ਜਿਹੜੇ ਨੇ ਉਹ ਆਪਣਾ ਲੰਗਰ ਪਾਣੀ ਛਕਣ ਤੋਂ ਬਾਅਦ ਆਰਾਮ ਫਰਮਾ ਰਹੇ ਨੇ। ਸੋ ਇਸ ਤਰੀਕੇ ਦੇ ਟੈਂਟ ਨੁਮਾ ਘਰ ਜਿਹੜੇ ਨੇ ਉਹ ਇੱਥੇ ਬਣਾਏ ਗਏ ਨੇ। ਕੋਈ ਟਰੈਕਟਰ ਟਰਾਲੀਆਂ ਦੇ ਵਿੱਚ ਆਰਾਮ ਫਰਮਾ ਰਿਹਾ ਹੈ ਲੰਗਰ ਪਾਣੀ ਛਕਣ ਤੋਂ ਬਾਅਦ, ਅਤੇ ਕਈ ਅਜੇ ਲੰਗਰ ਛਕ ਰਹੇ ਨੇ। ਸੋ ਇਹ ਜਿਹੜਾ ਏਰੀਆ ਹੈ ਉਹ ਕੁਝ ਬਰਨਾਲੇ ਹਲਕੇ ਦੇ ਕਿਸਾਨਾਂ ਦਾ ਏਰੀਆ ਹੈਗਾ। ਸੋ ਕਈਆਂ ਦੇ ਵੱਲੋਂ ਅਜੇ ਜਿਹੜੀ ਉਹ ਪੈਣ ਦੀ ਵਿਵਸਥਾ ਹੈ ਉਹ ਕਰ ਲਈ ਗਈ ਹੈ। ਸੋ ਇੱਧਰ ਅਜੇ ਚੁੱਲ੍ਹਾ ਚੱਲ ਰਿਹਾ ਹੈ, ਚੁੱਲ੍ਹਾ ਚੱਲ ਰਿਹਾ ਹੈ, ਅਤੇ ਇੱਧਰ ਬਾਬਾ ਜੀ ਲੰਗਰ ਪਾਣੀ ਛੱਕ ਕੇ ਸੌਣ ਦੀ ਤਿਆਰੀ ਹੈ। ਹਾਂਜੀ, ਫੁੱਲ ਤਿਆਰੀ ਹੈ, ਬੈਠਿਆ। ਹਾਂਜੀ, ਹਾਂ ਹਾਂ, ਲੰਗਰ ਪਾਣੀ ਛੱਕ ਲਿਆ, ਛੱਕ ਲਿਆ ਲੰਗਰ ਪਾਣੀ। ਅੱਛਾ, ਘਰਾਂ ਦੇ ਵਿੱਚ ਵੀ ਇਸੇ ਟਾਈਮ ਪੈਂਦੇ ਹੋ ਜਾਂ ਦੇਰ ਕਰ ਦਿੰਦੇ? ਮਾੜੀ ਮੋਟੀ ਦੇਰ ਹੋ ਜਾਂਦੀ ਹੈ ਜਦੋਂ ਖੇਤ ਕੰਮ ਧੰਦੇ ਹੁੰਦੇ ਨੇਗੇ, ਤੇ ਉਹ ਕੰਮ ਧੰਦਾ ਕਰਕੇ ਥੋੜੇ ਜਿਹੇ ਲੇਟ ਹੋ ਜਾਂਦੇ। ਕਿਵੇਂ ਲਾਉਂਦੇ ਹੋ ਰਾਤ ਨੂੰ, ਸ਼ਾਮ ਨੂੰ, ਦੁਪਹਿਰ ਨੂੰ? ਵਧੀਆ ਲੱਗਦਾ ਜੀ, ਸਾਡਾ ਤਾਂ ਵਧੀਆ ਲੱਗਦਾ। ਗੱਲਾਂ ਬਾਤਾਂ ਕਰਦੇ ਹੋ? ਗੱਲਾਂ ਬਾਤਾਂ ਤਾਂ ਐਂ ਕਰਦੇ ਹਾਂ ਜੀ, ਆਹ ਕਿਸਾਨੀ ਦਾ ਘੋਲ ਹੈਗਾ ਵੀ ਕਿਸਾਨੀ ਜਿਹੜੀ ਉਹਨੇ ਵਾਅਦੇ ਕਰੇ ਨੇ ਆਪਣੇ ਨਾਲ, ਜਦੋਂ ਵਾਅਦਿਆਂ ਤੋਂ ਮੁੱਕਰਦਾ ਗਾ ਤਾਂ ਕਰਕੇ ਬੈਠੇ ਹਾਂ ਜੀ। ਹੁਣ ਜੀ ਦਾ ਕਰਦਾ ਨੀ ਬਹਿਣ ਨੂੰ। ਦਿੱਲੀ ਦੀ ਤਰ੍ਹਾਂ ਇੱਥੇ ਵੀ ਕਿਤੇ ਪੱਕੇ ਘਰ ਤਾਂ ਨੀ ਬਣ ਜਾਣਗੇ? ਪੱਕੇ ਬਣ ਗਏ ਜੀ, ਬਣ ਜਾਣ ਜੇ ਬਣ ਲੱਗ ਗਏ। ਫਰਿੱਜਾਂ ਫਰੁੱਜਾਂ ਆ ਗਈਆਂ, ਆ ਟੈਂਟ ਲੱਗ ਗਏ ਵੱਡੇ ਵੱਡੇ, ਸਾਰਾ ਕੁਛ ਪੱਕਾ ਹੋ ਗਿਆ ਜੀ, ਪੱਕਾ ਕਰਾਂਗੇ। ਚਾਹੇ ਸਰਕਾਰ ਸਾਲ ਭਰ ਲਵਾ ਲੇ, 6 ਮਹੀਨੇ ਲਵਾ ਲੇ, ਚਾਹੇ 2 ਦਿਨਾਂ ਦੇ ਮੇੜ ਦੇ, ਇਹ ਧਰਨਾ ਜਾਰੀ ਰਹੂਗਾ ਜੀ। ਸਰਕਾਰ ਤੇ ਛਿੜਤੀ ਸਾਰੀ ਗੱਲ ਤੁਸੀਂ? ਸਰਕਾਰ ਤੇ ਛਿੜਤੀ ਜੀ, ਇੱਥੇ ਪਏ ਹੋ ਫਿਰ? ਹਾਂ, ਅਸੀਂ ਇੱਥੇ ਫਿਰ ਹੁਣ ਕਰੀਏ, ਛੰਨੀ ਲੜਦੇ ਹੈਗੇ ਰਾਤ ਨੂੰ। ਫਿਰ ਲੜਦਾ ਤਾਂ ਹੈਗਾ ਜੀ, ਹੁਣ ਹੋਰ ਕੋਈ ਹੱਲ ਨੀ, ਇਲਾਜ ਨੀ ਕੋਈ ਵੀ ਜਿਹੜੇ ਸਰਕਾਰ ਰਾਤ ਨੂੰ, ਕਿਉਂਕਿ ਬਾਰਿਸ਼ ਦਾ ਮਾਹੌਲ ਹੈ, ਜੇ ਰਾਤ ਨੂੰ ਬਾਰਿਸ਼ ਆਉਂਦੀ ਹੈ ਫਿਰ ਕਿੱਥੇ ਜਾਓਗੇ? ਜਾਂਦੇ ਜੇ ਟਰਾਲੀਆਂ ਟਰੂਲੀਆਂ ਚ ਵੜ ਜਾਂਦੇ ਕੋਈ ਸੜ ਕੇ ਬਹਿ ਜਾਂਦੇ ਉਹਨਾਂ ਚਿਰ। ਸੋਚਿਆ ਸੀ ਵੀ ਇਸ ਉਮਰੇ ਅਜਿਹੀ ਥਾਂ ਦੇ ਉੱਤੇ ਪੈਣਾ ਪਏਗਾ ਤੁਹਾਨੂੰ? ਨਹੀਂ ਸੋਚਿਆ ਸੀਗਾ, ਪਿਛਲੀਆਂ ਸਰਕਾਰਾਂ ਦਾ ਮਾਨ ਹੈ ਹੀ ਨਹੀਂ ਸੀ, ਇਹ ਤੇ ਥੋੜਾ ਜਿਹਾ ਮਾਨ ਸੀਗਾ, ਬਦਲਾ ਲਿਆਂਦਾ ਸੀ ਇਹਦਾ। ਆ ਗਿਆ ਬਦਲਾ? ਨਹੀਂ ਆਇਆ ਜੀ। ਕਦੋਂ ਆਊਗਾ? ਨਹੀਂ ਇਹ ਕੀ ਪਤਾ ਜੀ ਕਦੋਂ ਆਊਗਾ, ਹਜੇ ਨਹੀਂ ਆਇਆ, ਹਜੇ ਕੋਈ ਡੀਕ ਰਹੇ ਇੱਥੇ ਬੈਠ ਕੇ ਬਦਲਾਅ ਨੂੰ ਡੀਕ ਰਹੇ ਹਾਂ, ਜਿਹਨਾਂ ਦੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਇੱਥੇ ਹੀ ਹਾਂਗੇ। ਠੀਕ ਹੈ, ਕਿਹੜੇ ਹਲਕੇ ਤੋਂ ਕਿਹੜੇ ਤੋਂ ਆਏ ਹੋ ਤੁਸੀਂ? ਅਸੀਂ ਆਏ ਹਾਂ ਜੀ ਬਰਨਾਲਾ ਜ਼ਿਲ੍ਹਾ, ਦਰਾਜ ਪਿੰਡ। ਠੀਕ ਹੈ, ਬਰਨਾਲਾ ਦੇ ਜਿਹੜੇ ਕਿਸਾਨ ਨੇ, ਇੱਧਰ ਬਾਈ ਜੀ ਹੁਣੀ ਲੰਗਰ ਛੱਕ ਰਹੇ ਨੇ ਤੇ ਨਾਲ ਨਾਲ ਦੁੱਧ ਗਰਮ ਹੋ ਰਿਹਾ ਹੈ। ਅੱਛਾ ਅੱਛਾ, ਪਹਿਲਾਂ ਇਹ ਦੱਸੋ ਵੀ ਮੈਨਿਊ ਚ ਬਣਿਆ ਕੀ ਹੈ, ਕੀ ਬਣਾਇਆ ਅੱਜ? ਅੱਜ ਬਣਾਇਆ ਜੀ ਮੂੰਗੀ ਦਾਲ ਜੀ, ਸਵੇਰੇ ਗੋਭੀ ਬਣਾਈ ਸੀਗੀ। ਲੰਗਰ ਜਿਹੜਾ ਤਿਆਰ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਲੱਗੀ ਹੈ? ਹਾਂਜੀ, ਸਾਰਿਆਂ ਦੀ ਜੀ, ਸਾਰੇ ਸਾਂਝੇ ਕੰਮ ਕਰਦੇ। ਤੁਸੀਂ ਦੱਸੋ ਵੀ ਤੁਸੀਂ ਕੀ ਬਣਾਇਆ? ਅਸੀਂ ਤਾਂ ਜੀ ਐ ਮਨੋ ਮੂੰਗੀ ਦਾਲ ਤੇ ਸਵੇਰੇ ਗੋਭੀ ਬਣਾਈ ਸੀਗੀ। ਕੱਲ ਨੂੰ ਸਵੇਰ ਨੂੰ ਕੀ ਬਣੇਗਾ? ਕੱਲ ਨੂੰ ਸਵੇਰ ਨੂੰ ਜੋ ਸਾਰੀ ਸੰਗਤ ਦਾ ਹੁਕਮ ਹੋਊਗਾ ਉਹੀ ਬਣਾਵਾਂਗੇ। ਬੈਠ ਕੇ ਮੀਟਿੰਗ ਹੁੰਦੀ ਪਹਿਲਾਂ ਵੀ ਸਵੇਰ ਦਾ ਨਾਸ਼ਤਾ ਕੀ ਬਣਾਈਏ? ਹਾਂਜੀ ਹਾਂਜੀ ਹਾਂਜੀ। ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਰਾਜ ਸਿੱਧੂ, ਤਪੇ ਗਾਈ ਦਾ ਪ੍ਰਧਾਨ ਹਾਂ। ਅੱਛਾ, ਇਹ ਤਪੇ ਤੋਂ ਤੁਸੀਂ ਆਏ ਹੋ ਇੱਥੇ ਵਿਧਾਨ ਸਭਾ ਹਲਕਾ ਭਦੌੜ? ਤਪੇ ਗਾਈ ਦਾ ਪ੍ਰਧਾਨ ਜੀ, ਪੂਰਾ ਅਸੀਂ ਪੂਰੇ ਵਧੀਆ ਉਹਦੇ ਨਾਲ ਸਾਰੇ ਉੱਥੇ ਜਿਹੜੇ ਹੈਗੇ ਸੀ ਨੇੜੇ ਤੇੜੇ ਪੂਰੇ ਸੰਬੰਧਿਤ ਸੀਗੇ, ਪਰ ਆ ਭਗਵੰਤ ਮਾਨ ਹੁਣ ਸਾਨੂੰ ਇੱਥੇ ਬਿਠਾਈ ਬੈਠਾ, ਹੁਣ ਉਹਦੀ ਇੱਛਾ ਰਹਿ ਗਈ ਕਿਵੇਂ ਕਰਨਾ, ਤੇ ਗੋਡੀ ਲਵਾ ਕੇ ਜਾਵਾਂਗੇ, ਐ ਨੀ ਮੁੜਦੇ। ਸੋ ਲੰਗਰ ਜਿਹੜਾ ਹੈ ਉਹ ਇੱਥੇ ਤਿਆਰ ਹੋ ਰਿਹਾ ਹੈ, ਤਾਂ ਦੂਜੇ ਪਾਸੇ ਦੁੱਧ ਤੁਸੀਂ ਇੱਥੇ ਗਰਮ ਕਰ ਰਹੇ ਹੋ ਪੀਣ ਦੇ ਲਈ, ਕਿੰਨਾ ਦੁੱਧ ਹੈ ਇਹ? 10 ਕਿਲੋ ਦੁੱਧ ਹੋਊਗਾ ਜੀ। 10 ਕਿਲੋ
मच्छर बहुत लड़दा होना मानते नी चिकर इथी है फ्रिज भी आ गए कोई पखे भी आ गए सारा कुछ आ गया अज आए पक्के सवेरे फिट करते हौली हौली मन लगता होर पक्का कर दे जाओगे समान करी चल जिन्ना चिकर हां नहीं कहती जिन्ना चिर ਤੁਹਾਡੀਆਂ ਗੱਲਾਂ ਨਹੀਂ ਮੰਨਦੇ ਉਦੋਂ ਤੱਕ ਤਿਆਰੀਆਂ ਹੋਰ ਜ਼ਿਆਦਾ ਮਜ਼ਬੂਤ ਹੋਣ ਤਿਆਰੀ ਹੋ ਗਿਆ ਫਿਰ ਉੱਠਾਂਗੇ ਉਹਨਾਂ ਚਿਕਰ ਉੱਠਦੇ ਨਹੀਂ ਸੋ ਖਾਸ ਤੌਰ ਦੇ ਉੱਤੇ ਪੰਜਾਬ ਦੇ ਹਰ ਹਲਕੇ ਤੋਂ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਕਿਸਾਨ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਰਾਤ ਦਾ ਵੇਲਾ ਹੈ ਕਈਆਂ ਦੇ ਵੱਲੋਂ ਪ੍ਰਸ਼ਾਦਾ ਛਕ ਲਿਆ ਗਿਆ ਕਈ ਸੌਂ ਚੁੱਕੇ ਨੇ ਕਈ ਸੌਣ ਦੀ ਤਿਆਰੀ ਦੇ ਵਿੱਚ ਨੇ ਤੇ ਕਈਆਂ ਦੇ ਅਜੇ ਵੀ ਫੁਲਕਾ ਉਤਰ ਰਿਹਾ ਹੈ पर पंजाब सरकार दे लई एक वड्डी चुनौती है क्योंकि किसान मुड़ धरने ते ने ते लाया पक्का मोर्चा है कहिंदे कि उदों तक नहीं उठणगे जदों तक पंजाब सरकार तमाम मंगियां हुईयां मंगां नूं लागू नहीं कर दिंदी कैमरामैन वेदराम दे नाल अमनदीप सिंह एबीपी सांझा संगरूर।